ਬਟਾਲਾ 'ਚ ਲੁੱਟ ਦੇ ਇਰਾਦੇ ਨਾਲ ਕੁਝ ਕਾਰ ਸਵਾਰ ਨੌਜਵਾਨਾਂ ਵੱਲੋਂ ਸੋਨੇ ਦੇ ਕਾਰੋਬਾਰ ਕਰਨ ਵਾਲੇ ਸੁਨਿਆਰੇ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਨਿਆਰਾ ਵਿਪਲ ਲੂਥਰਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਬੰਦ ਕਰਕੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ ਤਾਂ ਜਦੋਂ ਉਹ ਗੁਰਦਾਸਪੁਰ ਰੋਡ 'ਤੇ ਸਥਿਤ ਭਾਈਆਂ ਦੀ ਹੱਟੀ ਦੇ ਕੋਲ ਪੁੱਜਿਆ ਤਾਂ ਪਿੱਛੋਂ ਇੱਕ ਟਾਟਾ ਸਫਾਰੀ 'ਚ ਸਵਾਰ ਹੋ ਕੇ ਆਏ ਕੁਝ ਨੌਜਵਾਨਾਂ ਨੇ ਉਸਦੇ ਮੋਟਰਸਾਈਕਲ ਨੂੰ ਪਹਿਲਾਂ ਟੱਕਰ ਮਾਰ ਦਿੱਤੀ ਅਤੇ ਬਾਅਦ ਵਿੱਚ ਉਸਦੇ ਬੇਸ ਬੈਟ ਨਾਲ ਹਮਲਾ ਕਰ ਦਿੱਤਾ ਅਤੇ ਉਸਦੇ ਉੱਪਰ ਗੋਲੀਆਂ ਵੀ ਚਲਾਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ SHO ਅਤੇ ਚੌਂਕੀ ਇੰਚਾਰਜ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਥਾਨਕ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਅਤੇ ਸਫਾਰੀ ਗੱਡੀ ਵਿੱਚੋਂ ਦਾਤ, ਬੇਸ ਬੈਟ, ਡੰਡੇ ਅਤੇ ਹੋਰ ਤੇਜ਼ ਧਾਰ ਹਥਿਆਰ ਬਰਾਮਦ ਕਰਦਿਆਂ ਗੱਡੀ ਵੀ ਕਬਜ਼ੇ ਵਿੱਚ ਲੈ ਲਈ। ਜਿਹੜੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਆ ਉਹਦੇ 'ਚ ਇਹ ਹੈ ਕਿ ਸਿਮਰਨ ਸਿੰਘ ਸਨ ਆਫ ਹਰਪਾਲ ਸਿੰਘ ਆ, ਵਾਸੀ ਹਰਪੁਰਾ, ਜਿਹੜਾ ਆਪਣੀ ਸਿਸਟਰ ਦੇ ਕੋਲ ਇੱਥੇ ਕੋਲਡਾ ਨਵਾਬ ਪਿੰਡ 'ਚ ਰਹਿੰਦਾ, ਉਹ ਇੱਧਰੋਂ ਬਟਾਲਾ ਸ਼ਹਿਰ ਵੱਲੋਂ ਬਾਈਪਾਸ ਨੂੰ ਜਾ ਰਿਹਾ ਸੀਗਾ। ਉਹਦੀ ਤਕਰਾਰਬਾਜ਼ੀ ਚੱਲਦੀ ਆ ਕੋਈ ਪੁਰਾਣੀ ਲੂਥਰਾ ਨੇ ਕੋਈ ਵਿਪਨ ਲੂਥਰਾ ਉਹਨਾਂ ਦੇ ਪਰਿਵਾਰ ਦੇ ਨਾਲ, ਇੱਥੇ ਇਹਨਾਂ ਦੇ ਨਾਲ ਆਪਸ 'ਚ ਕੋਈ ਇਹਨਾਂ ਦੀ ਆਪਸ 'ਚ ਜਦੋਂ ਇੱਕ ਦੂਜੇ ਦੇ ਆਹਮਣੇ ਸਾਹਮਣੇ ਹੋਈ ਤਾਂ ਇਹਨਾਂ ਦੀ ਤੂਤੂ ਮਹਿਮ ਹੋਈ। ਇਹਨਾਂ ਮੇਨ ਟਾਈਮ ਜਿਹੜੀ ਹੁਣ ਤੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਲੂਥਰਾ ਨੇ ਇਹਦੇ 'ਤੇ ਫਾਇਰ ਕੀਤਾ ਜਿਹਦਾ ਕਰਕੇ ਉਹਦੇ ਇੰਜਰੀ ਆਈ ਹੈ। ਬਾਕੀ ਅਸੀਂ ਇਸ ਤੋਂ ਅੱਗੇ ਫੈਕਟਸ ਵੈਰੀਫਾਈ ਕਰ ਰਹੇ ਹਾਂ, ਮੋਟੇ ਤੌਰ 'ਤੇ ਸਿਰਫ ਇੰਨਾ ਹੀ ਅਜੇ ਤੱਕ ਪਤਾ ਲੱਗਿਆ ਕਿ ਬੰਦਾ ਇੰਜਰਡ ਆ ਅਤੇ ਉਹਨੂੰ ਸਿਵਲ ਹੋਸਪਿਟਲ ਬਟਾਲਾ ਦਾਖਲ ਕਰਾਇਆ ਸੀ, ਇੱਥੋਂ ਉਹਨੂੰ ਰੈਫਰ ਕਰਕੇ ਅਤੇ ਸਪੋਟ ਭੇਜਤਾ। ਉਹ ਸਿਮਰਨ ਦੀ ਹੀ ਗੱਡੀ ਸੀ, ਸਿਮਰਨ ਉਸੇ ਗੱਡੀ ਦੇ ਵਿੱਚ ਹੀ ਜਾ ਰਿਹਾ ਸੀ, ਸਿਮਰਨ ਦੀ ਗੱਡੀ ਭੱਜੀ ਆ ਅਤੇ ਜਿਹੜੇ ਲੂਥਰੇ ਆ ਉਹਨਾਂ ਨੇ ਤੋੜੀ ਆ ਗੱਡੀ। ਦੁਕਾਨ ਬੰਦ ਕਰਕੇ ਅਤੇ ਘਰ ਨੂੰ ਗੁਰੂ ਨਾਨਕ ਨਗਰ ਆ ਰਿਹਾ ਸੀ। ਜੋ ਦੁਕਾਨ ਬੰਦ ਕੀਤੀ ਉੱਥੇ ਵੀ ਕੈਮਰਿਆਂ 'ਚ ਵਾ, 7:30 ਦਾ ਟਾਈਮ ਦੁਕਾਨ ਬੰਦ ਕਰ ਦਿੰਦੇ ਨੇ 7:15 ਵਜੇ। ਹਾਂਜੀ, ਬੰਦ ਕਰਕੇ ਆ ਰਿਹਾ ਵਾ। ਜਿਸ ਲਈ ਇਹ ਦੱਸਦਾ ਵੀ ਜਿਸ ਲਈ ਮੈਂ ਭਾਈਆਂ ਦੁਕਾਨ ਦੇ ਕੋਲ ਆਇਆ ਵਾਂ, ਹਾਂਜੀ ਭਾਈਆਂ ਦੁਕਾਨ ਦੇ ਸਾਹਮਣੇ ਆਇਆ ਮੈਂ ਜਾ ਰਿਹਾ, ਮਗਰੋਂ ਮੇਰੀ ਗੱਡੀ ਦੇ ਵਿੱਚ ਉਹ ਕਾਲੇ ਰੰਗ ਦੀ ਗੱਡੀ ਜਿਹੜੀ ਦੱਸ ਦਿਆ ਸਵਾਰੀ ਮੋਟਰਸਾਈਕਲ ਦੇ ਮਗਰ ਮਾਰ ਕੇ ਭੰਨੀ ਆ, ਮਾਰੀ ਆ ਨਾ, ਅਤੇ ਮੈਨੂੰ ਥੱਲੇ ਸੁੱਟ ਲਿਆ। ਥੱਲੇ ਸੁੱਟ ਗਏ ਤਾਂ ਉਹਨਾਂ ਨੇ ਗੱਡੀ ਦੇ ਵਿੱਚ ਹਥਿਆਰ ਸੀ ਜਿਹੜੇ, ਹਾਂਜੀ ਉਹ ਕੱਢੇ। ਗੁਰਦਾਸਪੁਰ ਤੋਂ ਰਿਸ਼ਪਾਲ ਮਿੱਟੂ ਦੀ ਰਿਪੋਰਟ, ਚੈਨਲ 2।